ਸ੍ਰੀਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਮਨਿੰਦਰ ਸਿੰਘ ਤੇ ਮੇਰੇ ਨਾਲ ਹੈ ਟਿਮ ਸੀ। ਸਤਿ ਸ੍ਰੀ ਅਕਾਲ। ਤੇ ਦੋਸਤੋ, ਅੱਜ ਦਾ ਜਿਹੜਾ ਸਾਡਾ ਵਲੌਗ ਹੈਗਾ ਉਹ ਹੈਗਾ ਇੱਕ ਫੂਡ ਵਲੌਗ, ਤੁਸੀਂ ਕਹਿ ਲਓ। ਬਹੁਤ ਹੀ ਸਿੰਪਲ ਵੇ ਨਾਲ ਕੌਫੀ ਨੂੰ ਕਿਵੇਂ ਟੇਸਟ ਵਿੱਚ ਲਿਆ ਕੇ ਬਣਾਇਆ ਜਾਂਦਾ ਹੈ ਉਹਦੇ 'ਤੇ। ਅਤੇ ਜਿਹੜੀ ਕੌਫੀ ਹੈਗੀ ਆ ਅੱਜ ਕੱਲ੍ਹ, ਉਹਨੂੰ ਜਦੋਂ ਅਸੀਂ ਮਾਰਕੀਟ ਵਿੱਚ ਕਿਧਰੇ ਵੀ ਬਲਿਊ ਵਾਲੀ ਦੁਕਾਨ 'ਤੇ ਜਾਂਦੇ ਹਾਂ ਅਤੇ ਉੱਥੇ ਤੁਹਾਨੂੰ ਕੈਪੂਚੀਨੋ ਨਾਮ ਦਾ ਕੋਈ ਇੱਕ ਕੌਫੀ ਵਾਲਾ ਪਦਾਰਥ ਮਿਲਦਾ ਹੈਗਾ। ਤੇ ਅੱਜ ਅਸੀਂ ਉਸ ਕੈਪੂਚੀਨੋ ਨੂੰ ਟਰਾਈ ਕਰਾਂਗੇ ਘਰ ਵਿੱਚ, ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਨਾਲ। ਤੇ ਥੋੜਾ ਜਿਹਾ ਅੱਧਾ ਕੁ ਘੰਟਾ ਉਹਨੂੰ ਬਣਾਉਂਦੇ ਲੱਗਦਾ ਜ਼ਰੂਰ ਹੈਗਾ, ਪਰ ਜਦੋਂ ਉਹ ਇੱਕ ਵਾਰੀ ਜਿਹੜਾ ਸਾਡਾ ਮਟੀਰੀਅਲ ਤਿਆਰ ਹੋ ਜਾਂਦਾ ਉਸ ਤੋਂ ਬਾਅਦ 2 ਮਿੰਟ ਲੱਗਦੇ ਆ। ਤੇ ਅੱਜ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਅਸੀਂ ਕੈਪੂਚੀਨੋ ਨੂੰ ਘਰ ਵਿੱਚ ਬੜੇ ਈਜ਼ੀਲੀ ਔਰ ਟੇਸਟ ਦੇ ਨਾਲ ਬਣਾ ਸਕਦੇ ਹਾਂ। ਤੇ ਸਟਾਰਟ ਕਰਦੇ ਹਾਂ। ਉਹਦੇ ਲਈ ਦੋਸਤੋ ਸਾਨੂੰ ਚਾਹੀਦੀ ਹੈਗੀ ਹੈ ਇੱਕ ਜਾਂ 2 ਪਾਊਚ ਲੈ ਲਓ ਕੋਈ ਵੀ ਨੈਸਕੈਫੇ ਦੇ, ਨੈਸਕੈਫੇ ਜਾਂ ਬਰੂ ਬਾਜ਼ਾਰ ਵਿੱਚ ਆਸਾਨੀ ਨਾਲ 2-4 ਰੁਪਏ ਦੇ ਇਹ ਅਵੇਲੇਬਲ ਹੈਗੇ ਆ। ਅਤੇ ਇੱਕ ਬਾਊਲ ਲੈ ਲਓ, ਬਾਊਲ ਵਿੱਚ ਪਹਿਲੇ ਅਸੀਂ ਮਿਲਾ ਲੈਂਦੇ ਹਾਂ। ਅਤੇ ਦੋਸਤੋ ਮੈਂ ਤੁਹਾਨੂੰ ਕੋਲੋਂ ਦੀ ਦਿਖਾ ਦਿੰਦਾ, ਇਹ ਦੇਖੋ ਤੁਸੀਂ ਕੌਫੀ ਦਾ ਪਾਊਚ ਇਹਦੇ ਵਿੱਚ ਪਾ ਲਿਆ। ਅਤੇ ਹੁਣ ਦੇਖ ਸਕਦੇ ਹੋ ਕੌਫੀ ਕਾਲੀ ਬਾਊਲ ਵਿੱਚ, 1-2 ਬਾਊਲ ਜਿੰਨੇ ਮਰਜ਼ੀ ਤੁਸੀਂ ਪਾ ਸਕਦੇ ਹੋ। ਹੁਣ ਇਹਦੇ ਵਿੱਚ ਅਸੀਂ ਪਾਉਣ ਜਾਂਦੇ ਹਾਂ ਸ਼ੂਗਰ। ਸ਼ੂਗਰ ਆਪਣੇ ਜਿੰਨਾ ਟੇਸਟ ਤੁਸੀਂ ਲੈਣਾ ਚਾਹੁੰਦੇ ਹੋ, ਲਾਈਟ ਲੈਣਾ ਚਾਹੁੰਦੇ ਹੋ ਲਾਈਟ ਜਾਂ ਜੋ ਤੁਸੀਂ। ਮੈਂ 4 ਸਪੂਨ ਪਾਈ ਹੈ ਸ਼ੂਗਰ, 4 ਸਪੂਨ ਸ਼ੂਗਰ ਪਾਈ। ਹੁਣ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਤੁਸੀਂ ਦੇਖ ਸਕਦੇ ਹੋ ਮਿਕਸ ਕਰਕੇ ਹੁਣ ਇਹਦੇ ਵਿੱਚ ਦੋਸਤੋ ਹੁਣ ਇਹਦੇ ਵਿੱਚ ਅਸੀਂ ਮਿਕਸ ਕਰਨ ਜਾ ਰਹੇ ਹਾਂ ਵਾਟਰ। ਤੁਸੀਂ ਦੇਖ ਸਕਦੇ ਹੋ ਬਿਲਕੁਲ ਥੋੜਾ ਜਿਹਾ ਵਾਟਰ, ਸਮਝ ਲਓ 2-3 ਚਮਚੇ ਪਾਣੀ ਦੇ ਪਾ ਲਏ। ਹੁਣ ਇਹਨੂੰ ਮਿਕਸ ਕਰ, ਜਿਹੜਾ ਇਹਨੂੰ ਮਿਕਸਿੰਗ ਦਾ ਕੰਮ ਹੈਗਾ ਨਾ ਇਹ ਥੋੜਾ ਇਸ ਨੂੰ ਲੱਗਦਾ ਹੈਗਾ 1.5 ਘੰਟਾ ਲੱਗ ਜਾਂਦਾ। ਤੁਸੀਂ ਦੇਖ ਸਕਦੇ ਹੋ ਪਾਣੀ ਪਾ ਕੇ ਕਿਸ ਤਰ੍ਹਾਂ ਦਾ ਕਲਰ ਆ ਗਿਆ, ਬਰਾਊਨ ਬਰਾਊਨ। ਬਸ ਇਹਨੂੰ ਹਿਲਾ ਦਿਓ, ਸ਼ੇਕ ਕਰੋ। 1.5 ਘੰਟਾ ਹਿਲਾਉਣਾ ਤੁਸੀਂ ਘੱਟ ਤੋਂ ਘੱਟ ਇਹਨੂੰ। ਪਹਿਲੇ 15 ਮਿੰਟ ਹਿਲਾ ਕੇ ਦੇਖੋ ਕਿ ਕਿਸ ਤਰ੍ਹਾਂ। ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਖੰਡ ਅਤੇ ਕੌਫੀ ਮਿਕਸ ਹੋ ਜਾਣ ਦੋਨੋਂ। ਇਹਨੂੰ ਇਸ ਤਰ੍ਹਾਂ ਮਿਕਸ ਕਰੀ ਜਾਣਾ, ਕਰੀ ਜਾਣਾ, ਸਪੂਨ ਨੂੰ ਹਿਲਾਈ ਜਾਣਾ। ਇਹਨੂੰ ਮੈਂ ਬਾਊਲ ਨੂੰ ਥੋੜ੍ਹਾ ਜਿਹਾ ਚੇਂਜ ਕੀਤਾ ਕਿਉਂਕਿ ਇਹ ਮੇਰੇ ਹੱਥ 'ਚ ਪਕੜਨ ਲਈ ਬਹੁਤ ਜ਼ਿਆਦਾ ਕੰਫਰਟੇਬਲ ਹੈਗਾ। ਇਹਨੂੰ ਬਸ ਹਿਲਾਉਂਦੇ ਰਹਿਣਾ ਤੁਸੀਂ 1.5 ਘੰਟਾ। ਇਹਦਾ ਕਲਰ ਦੇਖੀਏ, ਥੋੜ੍ਹਾ ਥੋੜ੍ਹਾ ਚੇਂਜ ਹੋਣਾ ਸਟਾਰਟ ਹੋ ਗਿਆ। ਇਹ ਦੇਖੋ ਜਦੋਂ ਤੁਹਾਨੂੰ ਲੱਗੇ ਕਿ ਇਹਦਾ ਕਲਰ ਚੇਂਜ ਹੋਣ ਲੱਗ ਪਿਆ, ਇਹਨੇ ਆਪ ਹੀ ਇੰਨਾ ਕੁ ਗਾੜਾ ਹੋ ਜਾਣਾ ਕਿ ਤੁਸੀਂ ਕਹਿਣਾ ਕਿ ਇੱਕ ਬਹੁਤ ਹੀ ਦੇਖਦੇ ਇੱਦਾਂ ਕਰਨਾ, ਜਲਦੀ ਜਲਦੀ ਮੈਂ ਪੀ ਲਵਾਂ। ਹਿਲਾਉਂਦੇ ਰਹੋ, ਬਹੁਤ ਤੇਜ਼ ਹਿਲਾਉਣਾ ਨਹੀਂ। ਕਿਚਨ ਵਾਲੇ ਫੂਡ ਵਲੌਗ ਵੀ ਅਸੀਂ ਕਦੀ ਕਦੀ ਬਣਾ ਹੀ ਲੈਂਦੇ ਹਾਂ। ਅੱਜ ਮੈਂ ਸੋਚ ਰਿਹਾ ਸੀਗਾ ਵੀ ਫੂਡ ਵਲੌਗ ਬਣਾਇਆ ਜਾਏ ਔਰ ਦੋਸਤਾਂ ਨੂੰ ਇੱਕ ਐਸੀ ਆਈਟਮ ਦਿੱਤੀ ਜਾਏ ਜਿਹੜੇ ਕਿ ਘਰ ਵਿੱਚ ਹੀ ਕੈਪੂਚੀਨੋ ਦਾ ਆਨੰਦ ਮਾਣ ਸਕਣ। ਜ਼ਰੂਰੀ ਨਹੀਂ 1.5 ਘੰਟਾ ਲੱਗਣਾ, 15-20 ਮਿੰਟ ਵਿੱਚ ਵੀ ਇਹ ਕੰਮ ਹੋ ਜਾਂਦਾ ਹੈਗਾ। ਅਗਰ ਤੁਹਾਡੇ ਕੋਲ ਕੋਈ ਘਰ ਵਿੱਚ ਗ੍ਰਾਈਂਡਰ ਵਗੈਰਾ ਇੱਦਾਂ ਦੀ ਛੋਟੀ ਜਿਹੀ ਮਸ਼ੀਨ ਆਉਂਦੀ ਹੈਗੀ ਆ, ਉਹਦੇ ਨਾਲ ਤੁਸੀਂ ਜਲਦੀ ਕਰ ਸਕਦੇ ਹੋ, ਪਰ ਇਹ ਬਿਨਾਂ ਮਸ਼ੀਨ ਦੇ। ਇਹਦਾ ਕਲਰ ਚੇਂਜ ਹੋ ਗਿਆ, ਇਹ ਦੇਖੋ ਦੋਨਾਂ 'ਚ ਕੰਪੈਰੀਜ਼ਨ। ਪਹਿਲੇ ਇੱਦਾਂ ਦਾ ਸੀ, ਕਰ ਕਰਕੇ ਇੱਦਾਂ ਦਾ ਹੋ ਗਿਆ। ਦੇਖੋ ਹਿਲਾ ਹਿਲਾ ਕੇ ਦੇਖੋ, ਮੈਲਟ ਕਰ ਦੇ, ਇਹ ਦੇਖੋ ਤੁਸੀਂ ਦੇਖ ਸਕਦੇ ਕਰੀਮ ਬਣ ਗਈ, ਜਿਸ ਤਰ੍ਹਾਂ ਕਰੀਮ ਹੁੰਦੀ ਹੈ। ਇਹ ਦੇਖੋ ਇਹ ਕਾਫੀ ਗਾੜਾ ਹੋ ਗਿਆ, ਬਹੁਤ ਥਿੱਕ ਹੋ ਗਿਆ। ਇਹ ਦੇਖੋ ਇਹਦਾ ਕਲਰ ਵੀ ਦੇਖੋ ਕਿਸ ਤਰ੍ਹਾਂ, ਪਹਿਲੇ ਬਰਾਊਨ 'ਚ ਸੀ, ਹੁਣ ਦੇਖੋ ਕਿਸ ਤਰ੍ਹਾਂ ਸਕਿਨ ਕਲਰ 'ਚ ਸ਼ੇਡ ਲੈ ਲਈ ਉਹਨੇ। ਇਹਨੂੰ ਇਸੇ ਤਰ੍ਹਾਂ ਰਾਊਂਡਿੰਗ ਵਿੱਚ ਅਸੀਂ ਹਿਲਾਈ ਜਾਣਾ ਹਿਲਾਈ ਜਾਣਾ। ਇਹ ਦੇਖੋ ਹੁਣ ਸਾਡਾ ਤਿਆਰ ਹੋ ਗਿਆ ਮਟੀਰੀਅਲ। ਹੁਣ ਅਸੀਂ ਲੱਗੇ ਹਾਂ ਕੈਪੂਚੀਨੋ ਕੌਫੀ ਬਣਾ, ਔਰ ਇਹ ਕੈਪੂਚੀਨੋ ਹੀ ਇੱਕ ਤਰ੍ਹਾਂ ਦਾ ਰੈਡੀ ਜੋ ਮਟੀਰੀਅਲ ਹੋ ਗਿਆ। ਇਹ ਦੇਖੋ ਫਰੈਂਡਸ, ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਤਿਆਰ ਹੋ ਚੁੱਕਾ ਹੈ। ਇਹ ਦੇਖੋ ਹੁਣ ਅਸੀਂ 2 ਮੱਗ ਕੌਫੀ ਬਣਾਉਣੀ, ਇਸ ਕਰਕੇ ਮੈਂ ਇਹ 2 ਮੱਗ ਮਿਲਕ ਪਾ ਦਿੱਤਾ। ਇਹ ਦੇਖੋ ਇਹਨੂੰ ਹੁਣ ਅਸੀਂ ਗਰਮ ਰੱਖਣਾ, ਇਹਨੂੰ ਚੰਗੀ ਤਰ੍ਹਾਂ ਬੋਇਲ ਹੋਣ ਦੇਣਾ, ਅੱਛੀ ਤਰ੍ਹਾਂ ਗਰਮ ਹੋ ਜਾਏ ਤਾਂ ਕਿ ਕੌਫੀ ਗਰਮ ਰਹੇ। ਦੇਖੋ ਹੁਣ ਅਸੀਂ ਗਰਮ ਰੱਖਤਾ, ਅੱਛੀ ਤਰ੍ਹਾਂ ਗਰਮ ਹੋਣ ਲੈਣ ਦੇਣਾ ਇਹਨੂੰ। ਦੋਸਤੋ ਹੁਣ ਬਸ ਸਾਰਾ ਕੰਮ ਰੈਡੀ ਹੈਗਾ, ਥੋੜ੍ਹਾ ਹੀ ਬਸ ਦੁੱਧ ਗਰਮ ਹੋਇਆ ਅਤੇ ਸਮਝ ਲਓ ਤੁਹਾਡੀ ਕੈਪੂਚੀਨੋ ਤਿਆਰ ਹੈਗੀ ਹੈ। ਔਰ ਇੰਜੋਏ ਕਰਿਓ ਤੁਸੀਂ ਪੀ ਕੇ, ਘਰ ਇਹਨੂੰ ਬਣਾ ਕੇ ਜ਼ਰੂਰ ਟਰਾਈ ਕਰਿਓ, ਤੁਹਾਨੂੰ ਲੱਗੇਗਾ ਕਿ ਬਹੁਤ ਹੀ ਅਲਟੀਮੇਟ ਟੇਸਟ ਆਇਆ ਇਹਦਾ। ਹੁਣ ਅਸੀਂ ਇਹਦੇ ਬਣਨ ਦਾ ਵੇਟ ਕਰਦੇ ਹਾਂ ਜਲਦੀ ਜਲਦੀ, ਕਿਉਂਕਿ ਮੇਨ ਟਾਈਮ ਜਿਹੜਾ ਹੈਗਾ ਸਾਡਾ ਉਹ ਨਿਕਲ ਗਿਆ।
ਤੇ ਦੋਸਤੋ ਹੁਣ ਜਿਹੜਾ ਦੁੱਧ ਹੈਗਾ ਉਹ ਸਾਡਾ ਯਾਰ ਕੋ ਕੀ ਬੰਦਾ ਤੁਸੀਂ ਦੇਖ ਸਕਦੇ ਹੋ ਰੈਡੀ ਹੋ ਰਿਹਾ ਗਰਮ ਹੋ ਗਿਆ ਬੋਇਲ ਹੋ ਚੁੱਕਾ ਤੇ ਸਮਝ ਲਓ ਆਪਣਾ ਕੰਮ ਵੀ ਰੈਡੀ ਹੈ ਯਾਰ ਕੋ ਫਰੈਂਡਸ ਦੁੱਧ ਨੂੰ ਉਬਾਲਾ ਆ ਚੁੱਕਾ ਯਾਰ ਕੋ ਉੱਪਰ ਤੱਕ ਹੁਣ ਗੈਸ ਕਰ ਦੋ ਬੰਦ ਹੁਣ ਅਸੀਂ ਇਹ ਦੁੱਧ ਨੂੰ ਪਾਣਾ ਹੈ ਕੱਪ ਵਿੱਚ ਯਾਰ ਕੋ देखो फ्रेंड्स ए देखो हूँ असी जो तैयार की क्रीम एनू टू स्पून ए पा देना है देखो तुम देखो कलर देखो तुम खुद कहोगे हूँ ए देखो इन असी अच्छी तरह हिला लेना तुम देख सकते हो कॉफी देख दिल कर रहा कि तुम्हें पी लो ए देखो हूँ तुम ए कॉफी तो ए कॉफी से देखो कि फर्क है उन्हें अच्छी तरह सी ला तो दोस्तों हम जी सा कैपेचिनो हैगी देखो कि हो गई है रेडी झग भी देख सकते दे किस तरह झग आ गई जिम्मे मशीन मशीनी झग जी आती ना जिदा अभी कुदरे ब्याह वगैरह च देखते हैं देखो झग हूँ ठीक कॉफी हो गई है रेडी तो दोस्तों देखो तुम झग जी है ਉੱਪਰ ਕੌਫੀ ਦੇ ਝੱਗ ਆਈ ਹੋਈ ਹੈ ਦੇਖੋ ਤੁਸੀਂ ਇੱਧਰ ਅਤੇ ਇਹ ਸਾਡੀ ਹੋ ਗਈ ਹੈ ਕੌਫੀ ਰੈਡੀ ਹੁਣ ਅਸੀਂ ਕਰਾਂਗੇ ਇਹਦਾ ਟੇਸਟ ਦੋਸਤੋ ਟੇਸਟ ਕਰਨ ਦਾ ਵੀ ਆਪਣਾ ਹੀ ਨਜ਼ਾਰਾ ਹੋਣਾ ਸਹੀ ਚੀਅਰਸ ਕੌਫੀ ਦਾ ਹੀ ਚੀਅਰਸ ਕਰ ਲਿਆ ਜੀ ਬਹੁਤ ਟੇਸਟੀ ਬਹੁਤ ਜ਼ਿਆਦਾ ਇੱਦਾਂ ਲੱਗਿਆ ਜਿੱਦਾਂ ਕੋਈ ਰੈਸਟੋਰੈਂਟ ਵਿੱਚ ਬੈਠ ਕੇ ਕੈਪੁਚੀਨੋ ਪੀ ਰਹੀ ਹਾਂ ਮਜ਼ਾ ਆ ਰਿਹਾ ਬਹੁਤ ਜ਼ਿਆਦਾ ਟੇਸਟੀ ਆ आई होप तुसी ये वीडियो नु खूब एंजॉय किया होगा तुसी भी जरूर ट्राई करना घर बहुत ही इजी है बहुत इजी है वीडियो देख देख के ही चाहे इसनु बना लियो एक बार जरूर ट्राई करियो और अगर तुहानू ये वीडियो साडी वधिया लगे प्लीज़ शेयर जरूर करियो ताकि अगे भी कोई इसनु इस तरीके नु अपना के घर अपनी कॉफी तो एंटरटेन कर सके और वीडियो लाइक जरूर करियो मिलते हैं नैक्सट वीडियो बाय